ਹੈਪੀ ਧੋਤੀ ਕੁੜਤਾ ਪਾ ਕੇ ਗੱਡੀ ਚਲਾ ਰਿਹਾ ਹੈ। ਅੱਛਾ ਪੁਲਿਸ ਵਾਲੇ ਨੇ ਰੋਕ ਲਿਆ, ਕਹਿੰਦੇ ਕਿੱਧਰ ਕਾਕਾ ਬੈਲਟ ਕਿਉਂ ਨਹੀਂ ਲਾਈ? ਹੈਪੀ ਕੀ ਕਹਿੰਦਾ ਫਿਰ? ਕਹਿੰਦਾ ਪਾਗਲ ਹੋ ਗਏ, ਉਹ ਧੋਤੀ ਨਾਲ ਵੀ ਕੋਈ ਬੈਲਟ ਲਾਉਂਦਾ? ਪਿਓ ਸਾਹਮਣੇ ਸਿਗਰਟ ਪੀ ਰਿਹਾ ਸੀ ਦੀਪੂ। ਅੱਛਾ, ਉਹਦਾ ਦੋਸਤ ਕਹਿੰਦਾ ਆਪਣੇ ਪਿਓ ਸਾਹਮਣੇ ਖਲੋ ਕੇ ਸਿਗਰਟ ਪੀ ਰਿਹਾ, ਤੈਨੂੰ ਡਰ ਨਹੀਂ ਲੱਗਦਾ? ਫਿਰ ਕੀ ਕਹਿੰਦਾ ਉਹ? ਉਹ ਕਹਿੰਦਾ ਪਿਓ ਜਾਂ ਪੈਟਰੋਲ ਪੰਪ ਥੋੜੀ। ਇੱਕ ਵਾਰੀ ਜਲੇਬੀਆਂ ਲੱਗੋ ਕੁੱਟ ਖਾ ਲਈ। ਉਹ ਕਿੱਦਾਂ? ਉਹਨੂੰ ਕਹਿੰਦਾ ਜਲੇਬੀਆਂ ਕੱਢਦੇ ਕਿੰਨੇ ਸਾਲ ਹੋ ਗਏ? ਕਹਿੰਦਾ 20 ਸਾਲ। ਫਿਰ ਹੈਪੀ ਕੀ ਕਹਿੰਦਾ? ਕਹਿੰਦਾ ਸਿੱਧੀਆਂ ਤੇ ਫੇਰ ਹੀ ਨਿਕਲਦੇ ਤੇਰੇ ਤੋਂ। ਭੋਲਾ ਆਪਣੇ ਨਾਲ ਦੇ ਨੂੰ ਕਹਿੰਦਾ ਕੀ? ਕਹਿੰਦਾ ਜਾਨੂੰ ਆਪਾਂ ਲੌਂਗ ਲਾਚੀ ਵੇਖਣ ਚੱਲੀਏ। ਫਿਰ ਉਹ ਕੀ ਕਹਿੰਦੀ? ਕਹਿੰਦੀ ਉਹ ਤੇ ਮੈਂ ਚਾਹ ਚ ਪਾਤੀ। ਕੋਕ ਦਿਓ ਦੁਕਾਨ ਵਾਲਾ, ਕਹਿੰਦਾ 1 ਰੁਪਏ ਘੱਟ ਆ। ਹੈਪੀ ਕੀ ਕਹਿੰਦਾ ਫਿਰ? ਕਹਿੰਦਾ ਥੋੜੀ ਪੀ ਕੇ ਦੇ ਦਿਓ। ਹੈਪੀ ਧੋਤੀ ਕੁੜਤਾ ਪਾ ਕੇ ਨਾ, ਅੱਛਾ ਮਹੱਲੇ ਚ ਘੁੰਮ ਰਿਹਾ ਸੀ, ਕੁੱਤਾ ਪੈ ਗਿਆ ਨਾ, ਧੋਤੀ ਲਾ ਕੇ ਕੁੱਤੇ ਵੱਲ ਸੁੱਟਤੀ, ਕੁੱਤੇ ਵਾਲੇ ਕੋਲ ਸੁੱਟਤੀ ਆਪੇ। ਕਹਿੰਦਾ ਓਦਾਂ ਵੀ ਤੈਨੇ ਲਾ ਹੀ ਲੈਣੀ। ਹੈਪੀ ਨੇ ਆਪਣਾ ਭਰਾ ਮਾਰ ਲਿਆ। ਉਹ ਕਹਿੰਦਾ ਉਹਦੇ ਮੱਥੇ ਤੇ ਮੱਛਰ ਬੈਠਾ, ਠਾ ਡਾਂਗ ਮਾਰੀ, ਦੋਨੋਂ ਮਰ ਗਏ ਉੱਥੇ। ਹੈਪੀ ਕੀ ਕਹਿੰਦਾ ਫਿਰ? ਕਹਿੰਦਾ ਕੋਈ ਨੀ, ਇੱਕ ਉਹਨਾਂ ਦਾ ਮਰ ਗਿਆ ਕਿ ਸਾਡਾ ਮਰ ਗਿਆ। ਵੀਰ ਮੇਰੇ ਆ। ਹਾਂ ਬੋਲ। ਮੈਨੂੰ ਅੱਜ ਤੱਕ ਇੱਕ ਗੱਲ ਨਹੀਂ ਸਮਝ ਆਈ। ਕਿਹੜੀ ਗੱਲ? ਇੰਟਰਨੈਟ ਫ੍ਰੀ ਆ ਗਿਆ ਆਪਾਂ? ਫਿਰ ਕੀ ਲੈ ਕੇ ਗਿਆ? ਮਾਮਾ 2 ਕਿਲੋ ਅੰਬ ਲੈ ਗਿਆ। ਹੈਪੀ ਨਹਿਰ ਚ ਨਹਾਣ ਗਿਆ। ਅੱਛਾ, ਨਹਿਰ ਚ ਡੁੱਬ ਲਗਾ ਤੇ ਮੱਛੀ ਚੁੱਕ ਕੇ ਬਾਹਰ ਸੁੱਟਤੀ। ਉਹ ਕਿਉਂ? ਕਹਿੰਦਾ ਤੂੰ ਤੇ ਬਚ ਮੇਰਾ ਰੱਬ ਰੱਖ। ਹੈਪੀ ਇੱਕ ਵਾਰ ਲੁਧਿਆਣੇ ਤੋਂ ਜਲੰਧਰ ਨਾ, ਅੱਛਾ ਬੱਸ ਦੇ ਨਾਲ ਦੌੜਦਾ ਦੌੜਦਾ ਆਇਆ ਤੇ ਬੱਸ ਵਾਲੇ ਨੂੰ ਕਿਰਾਇਆ ਦੇ ਦਿੱਤਾ। ਕਿਰਾਇਆ ਕਿਉਂ ਦਿੱਤਾ? ਕਹਿੰਦਾ ਆਇਆ ਤੇ ਬੱਸ ਦੇ ਨਾਲ ਹੀ ਆਣਾ। ਤੈਨੂੰ ਹੈਪੀ ਦੀ ਇੱਕ ਹੋਰ ਗੱਲ ਦੱਸਾਂ? ਦੱਸ। ਹੈਪੀ ਨੇ ਅੰਬਾਂ ਦੀ ਰੇਡ ਲਾਈ ਤੇ ਪਹਿਲੇ ਗਾ ਕੋਈ ਛਤਰ ਖਾ ਲਏ। ਉਹ ਕਿੱਦਾਂ? ਉਹਨੂੰ ਕਹਿੰਦਾ ਇੱਥੇ ਅੰਬ ਲੈਣ ਆਇਆ। ਜੇ ਰਿਜ਼ਲਟ ਆ ਗਿਆ ਤਾਂ ਕੀ ਕਰੋਗੇ? ਕੁਛ ਖਾਸ ਨੀ, ਪਰ ਦਾਰੂ ਪੀ ਕੇ ਕਲੇਸ਼। ਉਹ ਇੱਕ ਗੱਲ ਸੁਣਾ ਵਾ। ਹਾਂ ਸੁਣਾ। ਸੰਤਾ ਬਾਹਰ ਨੰਗਾ ਹੀ ਨਹੀਂ ਜਾਵੇ, ਲੋਕੀ ਉਹਨੂੰ ਕਹਿਣ ਕੁਛ ਪਾ ਤਾ ਲਾ, ਫਿਰ ਉਹਨੇ ਕੀ ਕੀਤਾ? ਚੱਪਲਾਂ ਪਾ ਲਈਆਂ। ਮੇਰੀ ਗੱਲ ਮਾਨਸਾ ਲਿਆ, ਇਹ ਉਹੀ ਆ ਜਿਹਨੇ ਭਾਬੀ ਨੂੰ ਛੇੜਿਆ ਤੇ ਮੈਨੂੰ ਵੀ ਨਾਲੇ ਚ ਪਾਏ ਕੁੱਟਿਆ ਸੀ। ਸੱਚੀ ਓਏ? ਆਹੋ। ਨਹੀਂ ਨਹੀਂ, ਨਾਲੇ ਵਾਲੀ ਗੱਲ ਝੂਠਿਆ, ਪਰ ਇਹਨੇ ਭਾਬੀ ਨੂੰ ਜ਼ਰੂਰ ਛੇੜਿਆ ਸੀ। ਰਹਿਣ ਦੇ, ਤਗੜਾ ਵਾ ਉਹ ਯਾਰ। ਵੋਟ ਕਿਹਨੂੰ ਪਾਈ ਸੀ ਤੂੰ? ਕੈਪਟਨ ਨੂੰ। ਕਿਉਂ ਪਾਈ ਸੀ? ਆਮ ਆਦਮੀ ਨੂੰ ਪਾ ਲੈਂਦਾ, ਲੈ ਲੈ ਸਮਾਰਟਫੋਨ। ਸਾਲ ਨੌਕਰੀ ਵੀ ਨਹੀਂ ਮਿਲੀ, ਕਹਿੰਦੇ ਸੀ ਨੌਕਰੀ ਦੇ ਦਿਆਂ, ਕੁਛ ਨਹੀਂ ਦਿੱਤਾ, ਆਹ ਬੈਠੇ ਵੇਲੇ। ਉਹ ਸ਼ਰਮ ਕਰ ਲਾ, ਆਮ ਆਦਮੀ ਨੂੰ ਪਾ ਲੈ। ਪਿੱਛੇ ਜੇਲ੍ਹ ਹੋ ਕੇ ਆਇਆ। ਕਿਉਂ? ਬੈਂਕ 'ਚ ਡਕੈਤੀ ਕਰਦਾ ਸੀ, ਪੁਲਿਸ ਵਾਲੇ 5 ਮਿੰਟਾਂ 'ਚ ਫੜ ਲਿਆ। ਇੰਨੀ ਛੇਤੀ ਕਿਵੇਂ? ਉੱਥੇ ਬਹਿ ਕੇ ਨੋਟ ਗਿਣਨ ਲੱਗ ਗਿਆ। ਰਾਮੂ ਕੱਲ ਖਾ ਗਿਆ ਫਰਾਈ ਕਰਕੇ, ਮੱਛੀਆਂ ਲਿਆਇਆ ਸੀ 1000 ਦੀਆਂ। ਉਹ ਪੱਲੇ ਮੋਦੀਆ ਤੇਰੀ, ਓਏ ਗਾਣਾ ਕਿਹਨੇ ਲਿਖਿਆ ਦੱਸੀ ਜਰਾ ਨਾਂ ਉਹਦਾ, ਮੋਦੀ ਮੱਛੀਆਂ ਵਾਲਾ। ਉਹ ਪੱਲੇ ਓਏ ਸਿੱਧੂ ਮੂਸੇਵਾਲੇ ਨੂੰ ਟੱਕਰ ਦੇਣ ਆ ਗਿਆ। ਅੱਜ ਵੀ ਚੇਤੇ ਆਉਂਦੀ ਆ, ਭਾਵੇਂ ਵਿਛੜੀ ਨੂੰ ਕਈ ਸਾਲ ਹੋ ਗਏ ਆ। ਅੱਧੀ ਰਾਤ ਉਹਦੀ ਯਾਦ ਆਈ, ਅੱਖੀਆਂ ਚੋਂ ਹੰਝੂ ਚੋ ਗਏ। ਸੋਚਿਆ ਰੋਲ ਨਾਲ ਕਿਹੜੀ ਉਹ ਮਿਲਣੀ ਆ, ਯਾਰ ਸੁਸੂ ਕਰਕੇ ਫੇਰ ਸੋ ਗਏ। ਸਰ ਜੀ, +2 ਇਕਨੋਮਿਕਸ ਦਾ ਪੇਪਰ ਵੀ ਕੈਂਸਲ ਹੋ ਗਿਆ। ਮੈਂ ਤਾਂ ਗਿਆ ਹੁਣ। ਤੈਨੂੰ ਪਤਾ ਵਾ ਕੀ? ਸ਼ੈਂਪੀ ਦੇ ਘਰ ਮੰਗਤਾ ਆ, ਕਹਿੰਦਾ ਅੱਲਾ ਕੇ ਨਾਮ ਕੁਛ ਦੇ ਦਿਓ। ਫਿਰ ਉਹਨੇ ਕੀ ਕੀਤਾ? ਸਾਈਕਲ 'ਤੇ ਬਿਠਾ ਕੇ ਝੂਟੇ ਦੇਣ ਲੱਗ ਗਿਆ। ਅਸੀਂ ਧੁੱਪ ਸਮਝੀ ਤੇ ਉਹ ਸ਼ਾਂ ਨਿਕਲੀ। ਅਸੀਂ ਧੁੱਪ ਸਮਝੀ ਤੇ ਉਹ ਸ਼ਾਂ ਨਿਕਲੀ।
ਅਸੀਂ ਮੱਝ ਸਮਝੀ ਤੇ ਉਹ ਗਾਂ ਨਿਕਲੀ ਬੇੜਾ ਗਰਕੋ। ਇੰਨਾ ਬਿਊਟੀ ਪਾਰਲਾਂ ਦਾ ਅਸੀਂ ਕੁੜੀ ਸਮਝੀ ਤੇ ਉਹ ਸਾਲੀ ਕੁੜੀ ਦੀ ਮਾਂ ਨਿਕਲੀ। ਮੈਨੂੰ ਐ ਦੱਸੋ, ਰਾਤ ਮੇਰੇ ਸਿਰਾਣੇ ਥੱਲੋਂ ਕੂਲ ਲਿਪ ਕਿਹਨੇ ਚੱਕਿਆ? ਚੱਲ ਦੱਸ ਫਿਰ ਕਿਉਂ ਚੱਕਿਆ? ਸਰੀਰ ਟੁੱਟੀ ਜਾਂਦਾ ਸੀ ਸਰ। ਲੈ ਫਿਰ ਹੁਣ ਤੂੰ ਮੈਨੂੰ 10 ਲੈ ਕੇ ਦੇਗਾ। ਤੁਸੀਂ ਸ਼ਹਿਰ ਸੇਲ ਲਾਉਂਦੇ ਹੋ, ਵਜੇ ਕਿੱਦਾਂ ਮਾਰਦੇ ਲੋਕਾਂ ਨੂੰ? 150 ਦੀਆਂ 2 ਇੱਕ ਪਾ ਇੱਕ ਧੋ ਨਾ ਮਾਲੜੇ ਨਾ ਪਿਓ। ਯਾਰ ਇੱਕ ਪੈਗ ਹੀ ਲਵਾ ਦੇ ਯਾਰ, ਪੈਗ ਹੀ ਲਵਾ ਦੇ। ਆਪਣੀ ਵਾਰੀ ਕਦੀ ਪਾਣੀ ਵੀ ਪੁੱਛਿਆ ਹੀ? ਚੱਲ ਤਿੱਤਰ ਹੋ ਇੱਥੋਂ ਦੀ। ਹੋ ਝੋਨਾ ਵੱਢ ਕੇ ਰਫਲ ਖਰੀਦਣੀ, ਹੋ ਝੋਨਾ ਵੱਢ ਕੇ ਰਫਲ ਖਰੀਦਣੀ। ਤੇਰਾ ਬਾਪੂ ਦੇਣਾ ਮਾਰ, ਤੇਰਾ ਬਾਪੂ ਦੇਣਾ ਮਾਰ ਨੀ ਚੰਡੀਗੜ੍ਹ ਵਾਲੀਏ, ਭੋਗ ਤੇ ਸੱਦਣੇ ਯਾਰ। ਤੈਨੂੰ ਹੈਪੀ ਦੀ ਗੱਲ ਸੁਣਾਵਾਂ, ਹੱਸਣਾ। ਗੱਡੀ ਚਲਾਵੇ ਛੱਤੇ ਚੇਤਾਵਨੀ ਪੜੀ, ਅੱਗੇ ਖਤਰਾ ਹੈ। ਫਿਰ ਉਹਨੇ ਕੀ ਕੀਤਾ? ਜਾ ਕੇ ਪਿਛਲੀ ਸੀਟ ਤੇ ਬਹਿ ਗਿਆ। ਓਏ ਬੰਟੀ। ਹਾਂ ਬੋਲ। ਕਹਿੰਦੇ ਜਦ ਕਿ ਅਟੈਂਡੈਂਸ ਪੂਰੀ ਨਾ ਹੋਈ ਰੋਲ ਨੰਬਰ ਨਹੀਂ ਮਿਲਣੇ। ਸੱਚੀ? ਆਓ, ਪਿਛਲੀ ਵਾਰ ਵੀ ਇਹੀ ਕਿਹਾ ਸੀ।